ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੈਸਟਰ 5 ਜਿਹੜਾ ਜਨਵਰੀ ਜਾਂ ਦਸੰਬਰ ਵਿੱਚ ਐਗਜ਼ਾਮ ਹੋਣ ਜਾ ਰਹੇ ਨੇ ਐ ਐਡੀਸ਼ਨਲ ਤੇ ਰੀਅਪੀਅਰ ਦੇ ਡਿਸਟੈਂਸ ਐਜੂਕੇਸ਼ਨ ਦਾ ਕੋਰਸਪੋਂਡੈਂਸ ਵਾਲਿਆਂ ਦੇ ਸੋ 8 ਤਰੀਕ 8 ਦਸੰਬਰ 2023 ਨੂੰ ਸ਼ੁਰੂ ਹੋਣ ਜਾ ਰਹੇ ਨੇ ਰਿਵਾਈਜ਼ਡ ਡੇਟ ਸ਼ੀਟ ਹੈ ਲੜੀ ਨੰਬਰ ਆਏਗਾ ਉਸਦਾ ਕੋਈ मीनिंग ਨਹੀਂ ਹੈ ਇਹ ਐਡੀਸ਼ਨਲ ਰਿਪੇਅਰ ਸਪੈਸ਼ਲ ਚਾਂਸ ਇੰਪਰੂਵਮੈਂਟ ਡੇਲੀ ਡੇਟ ਸ਼ੀਟ ਹੈ ਥੋੜਾ ਸਾਈਜ਼ ਵੱਡਾ ਕਰ ਦਿੱਤਾ ਹੈ ਤਾਂ ਜੋ ਪਤਾ ਲੱਗ ਜਾਏ ਮੇਰੇ ਖਿਆਲ ਚ ਵਿਜ਼ਿਬਿਲਟੀ ਬਣੀ ਰਹੇਗੀ 9:30 ਵਜੇ ਤੋਂ ਸ਼ੁਰੂ ਹੈ ਸਵੇਰ ਦਾ 9:30 ਤੋਂ 12:30 ਵਜੇ ਤੱਕ ਹੈ ਸ਼ਾਮ ਦਾ ਜੋ ਹੈ 1:30 ਵਜੇ ਤੋਂ 4:30 ਵਜੇ ਤੱਕ ਹੈ 8 ਤਰੀਕ ਨੂੰ ਪਹਿਲਾ ਪੇਪਰ ਹੈ ਪੰਜਾਬੀ ਸਾਹਿਤ ਚੋਨਵਾ ਦੂਸਰਾ ਪੇਪਰ ਡਿਫਰੈਂਟ ਸਬਜੈਕਟ ਦਾ ਹੈ ਹਿੰਦੀ ਦਾ ਆਪਸ਼ਨ ਇੱਕ ਵੀ ਹੈ ਹਿੰਦੀ ਸਾਹਿਤ ਔਰ ਕਾਫ ਸ਼ਾਸਤਰ ਨਵਾਂ ਸਿਲੇਬਸ ਹੈ ਇਸ ਤੋਂ ਇਲਾਵਾ ਆਪਸ਼ਨ 2 ਹੈ ਹਿੰਦੀ ਸਾਹਿਤ ਤੇ ਔਰ ਪੱਤਰਕਾਰਤਾ ਨਵਾਂ ਸਿਲੇਬਸ ਹੈ ਹਿੰਦੀ ਸਾਹਿਤ ਦਸੰਬਰ 2021 ਦਾ ਸਿਲੇਬਸ ਹੈ ਇੰਗਲਿਸ਼ ਲਿਟਰੇਚਰ ਪੋਇਟਰੀ ਐਂਡ ਹਿਸਟਰੀ ਆਫ ਇੰਗਲਿਸ਼ ਲਿਟਰੇਚਰ ਇਹ 8 ਤਰੀਕ ਸ਼ੁੱਕਰਵਾਰ ਨੂੰ ਸਵੇਰੇ ਪੇਪਰ ਹੋਣਗੇ ਸ਼ਾਮ ਨੂੰ 8 ਤਰੀਕ ਨੂੰ ਪੇਪਰ ਕਿਹੜੇ ਹਨ ਸੰਸਕ੍ਰਿਤ ਆਪਸ਼ਨ A ਆਪਸ਼ਨ 2 ਦੋ ਪੇਪਰ ਹੈ ਜਿਹੜਾ ਤੁਸੀਂ ਚੁਣਿਆ ਹੈ ਉਹ ਪੇਪਰ ਹੋਏਗਾ ਉਰਦੂ ਦਾ ਪੇਪਰ ਸ਼ਾਮ ਨੂੰ ਹੋਏਗਾ ਨੈਕਸਟ 8 ਤਰੀਕ ਤੋਂ ਬਾਅਦ ਹੈ 11 ਤਰੀਕ ਨੂੰ ਛੁੱਟੀ ਆ ਰਹੀ ਹੈ ਵਿੱਚ ਸਵੇਰੇ ਕੋਈ ਪੇਪਰ ਨਹੀਂ ਹੈ 11 ਨੂੰ 11 ਨੂੰ ਸ਼ਾਮ ਨੂੰ ਪੇਪਰ ਹੈ ਰਿਲੀਜੀਅਸ ਸਟੱਡੀਜ਼ ਦਾ ਵੂਮਨ ਸਟੱਡੀਜ਼ ਦਾ ਵੂਮਨ ਐਂਡ ਲਾ ਅ ਰਿਲੀਜੀਅਸ ਸਟੱਡੀਜ਼ ਆ ਹੈ ਪ੍ਰਚੀਨ ਧਰਮ ਤੇ ਸੰਸਕਾਰ ਅ ਇਸ ਤੋਂ ਬਾਅਦ 11 ਤਰੀਕ ਤੋਂ ਬਾਅਦ ਇੱਕ ਛੁੱਟੀ ਤੋਂ ਬਾਅਦ 12 ਤਰੀਕ 12 ਤਰੀਕ 13 ਤਰੀਕ ਨੂੰ ਪੇਪਰ ਹੈ ਸਵੇਰੇ ਪੇਪਰ ਨਹੀਂ ਹੈ ਸ਼ਾਮ ਨੂੰ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਲੋਕਲ ਗਵਰਨਮੈਂਟ ਇਨ ਇੰਡੀਆ ਦੂਸਰਾ ਪੇਪਰ ਹੈ ਹਿਸਟਰੀ ਆਫ ਆਰਟ ਉਸੇ ਦਿਨ ਜਿਹੜਾ ਦੂਸਰਾ ਪੇਪਰ ਹੈ ਫਿਰ 14 ਦੀ ਛੁੱਟੀ ਹੈ 15 ਨੂੰ ਹੈ ਸਵੇਰੇ ਪੇਪਰ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਮਡਲਾ ਗਿਆਨ ਅ ਇਸ ਤੋਂ ਇਲਾਵਾ ਸ਼ਾਮ ਨੂੰ ਇਸ ਦਿਨ ਪੇਪਰ ਨਹੀਂ ਹੈ 18 ਤਰੀਕ ਨੂੰ ਸੋਮਵਾਰ ਸਵੇਰੇ ਪੇਪਰ ਨਹੀਂ ਹੈ ਸ਼ਾਮ ਨੂੰ ਪੇਪਰ ਹੈ ਕੰਪਿਊਟਰ ਸਾਇੰਸ ਦਾ ਔਰ ਉਸ ਤੋਂ ਬਾਅਦ ਉਸੇ ਦਿਨ ਪੇਪਰ ਹੈ ਗੁਰਮਤ ਸੰਗੀਤ ਦਾ ਫਿਰ ਨਾਲ ਹੀ ਪੇਪਰ ਹੋਏਗਾ ਲਿੰਗੁਇਸਟਿਕਸ ਪੇਪਰ 1 ਦਾ ਇਹ ਕਿਦਨ ਹੈ 18 12 ਨੂੰ 18 12 ਤੋਂ ਬਾਅਦ 20 12 2023 ਬੁੱਧਵਾਰ ਨੂੰ ਸਵੇਰੇ ਕੋਈ ਪੇਪਰ ਨਹੀਂ ਹੈ ਸ਼ਾਮ ਨੂੰ ਪੋਲੀਟੀਕਲ ਸਾਇੰਸ ਦਾ ਪੇਪਰ ਹੈ ਕੰਪੈਰੀਟਿਵ ਪੋਲੀਟਿਕ System UK and USA in a ਅ ਜੋ ਜੋ ਕੰਟਰੀਜ਼ ਨੇ ਇਹਨਾਂ ਦਾ ਪੋਲਿਟੀਕਲ ਸਿਸਟਮ ਤੁਸੀਂ ਕੰਪੇਅਰ ਕਰੋਗੇ ਤਬਲਾ ਪੇਪਰ ਏ ਹੈ ਫਿਰ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਪੇਪਰ ਹੈ ਉਸੇ ਦਿਨ ਕਿਸ ਦਿਨ 20 12 2023 ਨੂੰ 22 ਤਰੀਕ ਨੂੰ 22 12 ਨੂੰ ਸ਼ੁੱਕਰਵਾਰ ਇੰਗਲਿਸ਼ ਕਮਿਊਨੀਕੇਸ਼ਨਸ ਸਕਿੱਲ ਸਵੇਰੇ ਪੇਪਰ ਹੈ ਸ਼ਾਮ ਨੂੰ ਕੋਈ ਪੇਪਰ ਨਹੀਂ ਹੈ ਖਾਲੀ ਹੈ 8 ਤਰੀਕ 8 1 ਨੂੰ ਇਸ ਤੋਂ ਇਹਦੇ ਵਿੱਚ 22 ਤਰੀਕ ਤੋਂ ਬਾਅਦ 7 ਤਰੀਕ ਤੱਕ ਛੁੱਟੀਆਂ ਹਨ ਸੋ ਸਵੇਰੇ ਪੇਪਰ ਹੈ 8 ਜਨਵਰੀ ਨੂੰ ਨਵੇਂ ਸਾਲ ਵਿੱਚ ਹਿਸਟਰੀ ਪੇਪਰ 1 ਹਿਸਟਰੀ ਆਫ ਵਰਲਡ ਸੋ ਸ਼ਾਮ ਨੂੰ ਜ਼ਿਆਦਾ ਪੇਪਰ ਹਨ ਸੋਸ਼ੀਆਲੋਜੀ ਪੇਪਰ A ਹੈ ਨਾ ਸਾਈਕੋ ਪੈਥੋਲੋਜੀ ਦੂਸਰਾ ਹੈ ਮੈਥਮੈਟਿਕਸ ਪੇਪਰ A ਮੈਥਮੈਟਿਕਸ ਪੇਪਰ A ਨਵਾਂ ਸਿਲੇਬਸ ਤੇ 2021 ਦਾ ਸਿਲੇਬਸ ਇਹ ਦੋ ਵੱਖਰੇ ਵੱਖਰੇ ਨੇ ਤੁਹਾਨੂੰ ਇਹ ਕਿਹੜਾ ਪੇਪਰ ਦੀ ਤਿਆਰੀ ਕੀਤੀ ਹੈ ਉਹ ਤੁਹਾਨੂੰ ਯਾਦ ਰੱਖਣਾ ਹੈ ਇਹ ਚ ਡਿਫਰੈਂਸ ਹਜੇ ਵੀ ਮੈਨੂੰ ਨਹੀਂ ਪਤਾ ਫਿਲਾਸਫੀ ਵੈਸਟਰਨ ਫਿਲਾਸਫੀ ਇਹ ਚਾਰ ਪੇਪਰ ਸ਼ਾਮ ਨੂੰ ਹੋਣਗੇ 10 ਤਰੀਕ ਨੂੰ 9 ਤਰੀਕ ਦੀ ਛੁੱਟੀ ਹੈ 10 1 ਜਨਵਰੀ 2024 ਨੂੰ ਇਕਨੋਮਿਕਸ ਪੇਪਰ ਇਹ ਹੋਏਗਾ ਇਕਨੋਮਿਕਸ ਆਫ ਡਵੈਲਪਮੈਂਟ ਡਿਫੈਂਸ ਐਂਡ ਸਟ੍ਰੈਟੈਜਿਕ ਸਟੱਡੀਜ਼ ਪੇਪਰ ਹੋਏਗਾ ਇਹ ਇਸ ਦਾ ਨੈਸ਼ਨਲ ਸਿਕਿਉਰਿਟੀ ਆਫ ਇੰਡੀਆ ਐਜੂਕੇਸ਼ਨ ਇੰਡੀਅਨ ਐਜੂਕੇਸ਼ਨ ਇਹ ਤਿੰਨ ਪੇਪਰ ਸ਼ਾਮ ਨੂੰ ਹੋਣਗੇ ਕਿਸ ਦਿਨ 10 ਜਨਵਰੀ ਨੂੰ 12 ਜਨਵਰੀ 2024 ਨੂੰ ਸਵੇਰੇ ਪੇਪਰ ਕੋਈ ਨਹੀਂ ਹੋਏਗਾ ਸ਼ਾਮ ਨੂੰ ਸੋਸ਼ੀਆਲੋਜੀ ਸੋਸ਼ੀਅਲ ਥਾਟ ਰੂਰਲ ਡਿਵੈਲਪਮੈਂਟ ਔਰ ਤੀਸਰਾ ਵੀ ਰੂਰਲ ਡਵੈਲਪਮੈਂਟ ਇਸ ਵਿੱਚ ਸਿਲੇਬਸ ਦਾ ਫਰਕ ਹੈ ਨਵਾਂ ਸਿਲੇਬਸ ਤੇ ਦਸੰਬਰ 2018 ਦਾ ਸਿਲੇਬਸ 18 ਤਰੀਕ 16 ਜਨਵਰੀ 2024 ਨੂੰ ਸਵੇਰੇ ਕੋਈ ਪੇਪਰ ਨਹੀਂ ਹੈ ਸ਼ਾਮ ਨੂੰ ਮੈਥਮੈਟਿਕਸ ਪੇਪਰ 2 ਹੈ ਔਰ ਲਾਸਟ ਪੇਪਰ 20 ਜਨਵਰੀ ਨੂੰ ਸ਼ਨੀਵਾਰ ਸਵੇਰੇ ਪੇਪਰ ਨਹੀਂ ਹੈ ਸ਼ਾਮ ਨੂੰ ਹੈ ਮੈਥਮੈਟਿਕਸ অপਸ਼ਨ 1 ਹੈ অপਸ਼ਨ 3 ਹੈ ਮੈਥਮੈਟਿਕਸ ਪੇਪਰ 3 ਲਿਖਿਆ ਹੋਇਆ ਹੈ অপਸ਼ਨ 1 ਐਂਡ অপਸ਼ਨ ਟੂ ਇਹਦੇ ਵਿੱਚੋਂ ਜਿਹੜੀ ਵੀ ਤੁਸੀਂ ਚੂਜ਼ ਕੀਤੀ ਹੋएगी ਸੋ ਵੇਬ ਜੇ ਨੋਟਿਸ ਨੋਟਿਸ ਦਿੱਤਾ ਗਿਆ ਹੈ ਕਿ ਕਿਤੇ ਵੀ ਡੇਟਸ਼ੀਟ ਵਿੱਚ ਪਰਵਰਤਨ ਹੋ ਸਕਦਾ ਹੈ ਜੇ ਪਰਵਰਤਨ ਦੇਖਣੇ ਹਨ ਨਾਲ ਨਾਲ ਯੂਨੀਵਰਸਿਟੀ ਦੀ ਵੈਬਸਾਈਟ ਰੈਗੂਲਰ ਦੇਖਦੇ ਰਹੋ ਇਸ ਤੋਂ ਇਲਾਵਾ ਇਹ ਪ੍ਰਾਈਵੇਟ ਕੈਂਡੀਡੇਟ ਲਈ ਹੈ نیچے ਸੈਂਟਰ ਦਿੱਤੇ ਗਏ ਹਨ ਜੇ ਦੇਖਣੇ ਹਨ ਉਹ ਸੈਂਟਰ ਦੇ ਸਕਦੇ ਹਨ ਸੈਂਟਰ ਨੰਬਰ ਹੈ ਨਾਮ ਹੈ 101 ਬਰਨਾਲਾ ਤੋਂ ਸ਼ੁਰੂ ਹੋ ਕੇ ਲਾਸਟ ਤੱਕ ਜਾਂਦਾ ਹੈ ਇਹ ਮੈਂ ਇਸ ਤਰ੍ਹਾਂ ਦਿਖਾ ਦਿਨਾ ਹਾਂ ਇਹ ਇਸ ਤਰ੍ਹਾਂ ਇਹ ਵਾਲੇ ਹੋ ਗਏ ਪਾਜ਼ ਕਰਕੇ ਜੇ ਦੇਖਣਾ ਹੈ ਮੇਰੇ ਖਿਆਲ ਸੇ ਜ਼ਰੂਰਤ ਨਹੀਂ ਪਏਗੀ ਪਰ ਫਿਰ ਵੀ ਇਹ ਸਾਰੇ ਸੈਂਟਰ ਦਿਖਾ ਦਿੰਨਾ ਹਾਂ ਇੱਥੇ ਤੱਕ ਹੋ ਗਏ ਇਸ ਤੋਂ ਇਲਾਵਾ ਇਧਰਲੇ ਇਹ ਸੈਂਟਰ ਹੈ 194 ਤੱਕ ਹਨ ਇਹ ਪਾਜ਼ ਕਰਕੇ ਤੁਸੀਂ ਦੇਖ ਲਓਗੇ ਮੇਰੇ ਖਿਆਲ ਚ ਥੈਟਸ ਆਲ ਇਸ ਦੇ ਰਿਗਾਰਡਿੰਗ ਕੋਈ ਵੀ ਸਵਾਲ ਹੋਵੇ ਪੁੱਛ ਸਕਦੇ ਹੋ ਜਿੱਥੋਂ ਵੀ ਜਾਣਕਾਰੀ ਮੈਨੂੰ ਸਹੀ ਮਿਲਦੀ ਹੈ ਕੋਸ਼ਿਸ਼ ਕਰਾਂਗਾ ਤੁਹਾਨੂੰ ਦੇ ਸਕਾਂ ਥੈਂਕ ਯੂ